अमृतसर में ससुराल वालों की तरफ से दहेज की मांग को लेकर आए दिन मामले सामने आ रहे हैं। आपको बता दें कि ऐसा ही एक मामला सुल्तानगंज के जसपाल नगर का आया है, जहां पे विवाहिता ने अपने ससुराल वालों पे दहेज की मांग और मारपीट कर घर से निकालने का आरोप लगाया है। वहीं पीड़िता ने अपनी गुहार नजदीकी थाने में लगाई, जहां सिटी तरन तारण की पुलिस ने 3 जुलाई को मुकदमा दर्ज कर 9 व्यक्तियों के खिलाफ केस दर्ज कर दिया था। ਝੂਠੇ ਇਲਜ਼ਾਮ ਰਹੇ ਬਲਵਿੰਦਰ ਸਿੰਘ ਬਿੱਲਾ ਅਤੇ ਉਹਦੀ ਪਤਨੀ ਹੈ ਜੀ ਨੀਲਮ ਕੌਰ। ਇਲਜ਼ਾਮ ਆ ਤਾਜ਼ਾ ਹੁਣ ਲਾਇਆ ਜੀ, ਮਤਲਬ ਜਿਹੜਾ ਵੀ ਇਹ ਲੜਕੀ ਨੂੰ ਕਹਿੰਦੇ ਵੀ ਇਹ ਜਾ ਕੇ ਘਰ ਜਾ ਕੇ ਭੜਕਾਉਂਦੇ ਆ, ਸਰਾਸਰ ਝੂਠ ਆ ਜੀ। ਬੇਸ਼ੱਕ ਸਾਡੀ ਮੋਬਾਈਲ ਲੋਕੇਸ਼ਨ ਨੂੰ ਕਢਾ ਲਓ ਜੇ ਮੈਂ ਉਹ ਇਲਾਕੇ 'ਚ ਗਿਆ ਵੀ ਹੋਵਾਂ ਜੀ। ਹਾਂ ਇਹ ਠੀਕ ਹੈ ਵੀ 3-5 ਨੂੰ ਇਹਨਾਂ ਦੇ ਨਾਬਾਲਗ ਲੜਕੀ ਦਾ ਇਹਨਾਂ ਨੇ ਮਤਲਬ ਵਿਆਹ ਕੀਤਾ ਸੀਗਾ ਅਤੇ ਉਹ ਕੁਦਰਤੀ ਜੀ ਮਤਲਬ ਕੇਸ ਜਿਹੜਾ ਨਾ ਉੱਥੇ ਲਗਾਈ ਸੀ ਥਾਣੇ 'ਚ। 12/5/2018 ਨੂੰ ਦੁਪਹਿਰ 2-3 ਵਜੇ ਦਾ ਟਾਈਮ ਸੀ ਅਤੇ ਮੈਨੂੰ ਪ੍ਰਤਾਪ ਸਿੰਘ, ਉਹਨਾਂ ਦਾ ਵੱਡਾ ਵੱਡਾ ਬੇਟਾ ਸ਼ੇਰੂ, ਛੋਟਾ ਬੇਟਾ ਰੂਬਲ ਅਤੇ ਉਹਨਾਂ ਦੀ ਵਾਈਫ ਅਤੇ ਸ਼ੇਰੂ ਦੀ ਵਾਈਫ, ਉਹਨਾਂ ਦੀ ਬੇਟੀ ਮੋਨਾ ਅਤੇ ਉਹਨਾਂ ਦਾ ਹਸਬੈਂਡ ਮੈਨੂੰ ਵਰਗ ਲਾ ਕੇ ਅਗਵਾਹ ਕਰਕੇ ਲੈ ਗਏ ਅਤੇ ਉਹਨਾਂ ਨੇ ਮੇਰੇ ਕੋਲ 6 ਲੱਖ ਰੁਪਇਆ ਅਤੇ 200 ਗ੍ਰਾਮ ਸੋਨਾ ਲੈ ਕੇ ਨਹੀਂ 300 ਗ੍ਰਾਮ ਸੋਨਾ ਲੈ ਕੇ ਗਏ ਸੀ ਅਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਧਮਕੀਆਂ ਲਾਈਆਂ ਕਿ ਇੱਦਾਂ ਤੇਰੇ ਮੰਮਾ ਪਾਪਾ ਨੂੰ ਅਸੀਂ